ਚੰਡੀਗੜ੍ਹ ਵਿਖੇ ਅੱਜ ਖੋਲ੍ਹਿਆ ਗਿਆ। ਇਹ ਸਾਡਾ ਚੌਥਾ ਦਫ਼ਤਰ ਅੱਜ ਓਪਨ ਹੋਇਆ ਅਤੇ ਅੱਜ ਸ਼ਾਮ ਨੂੰ 5 ਵਜੇ ਪੁਨਰੇੜੀ ਵੀ ਦਫ਼ਤਰ ਖੋਲ੍ਹਿਆ ਜਾ ਰਿਹਾ। ਸੋ ਜਿਸ ਤਰ੍ਹਾਂ ਇਸ ਹਲਕੇ ਦੀ ਬਣਤਰ ਹੈ ਉਸ ਹਿਸਾਬ ਨਾਲ 5 ਦਫ਼ਤਰਾਂ ਨਾਲ ਹਮੇਸ਼ਾ ਅਸੀਂ ਫੰਕਸ਼ਨ ਕਰਦੇ ਹਾਂ ਅਤੇ ਉਸ ਕੜੀ 'ਚ ਹੀ ਅੱਜ ਦੇਵੀਗੜ੍ਹ ਚੌਥਾ ਦਫ਼ਤਰ ਖੋਲ੍ਹਿਆ ਜਾ ਚੁੱਕਾ। ਇਹ ਤਾਂ ਮੇਰੇ ਨਾਲੋਂ ਜ਼ਿਆਦਾ ਤੁਸੀਂ ਇਲਾਕੇ ਜਾਣਦੇ ਹੋ, ਦੇਖਦੇ ਹੋ, ਲੋਕਾਂ ਦਾ ਉਤਸ਼ਾਹ ਦੇਖੋ। ਇਹ ਇਕੱਲਾ ਆਪਣੇ ਪਟਿਆਲੇ ਹਲਕੇ 'ਚ ਨਹੀਂ, ਇਹ ਸਾਰੇ ਪੰਜਾਬ 'ਚ ਹੀ ਇਸ ਵਾਰ ਕਾਂਗਰਸ ਦੇ ਹੱਕ 'ਚ ਖਾਵਾ ਹੈ। ਲੋਕ ਮੋਦੀ ਦੇ ਅਗੇਂਸਟ ਨੇ ਔਰ ਕਾਂਗਰਸ ਪਾਰਟੀ ਨੂੰ ਲਿਆਉਣਾ ਚਾਹੁੰਦੇ ਨੇ ਔਰ ਬੜੀਆਂ ਇਨਕਰੇਜਿੰਗ ਰਿਪੋਰਟਸ ਆ ਰਹੀਆਂ ਕਿ ਪੰਜਾਬ ਦੇ 13 ਦੀਆਂ 13 ਸੀਟਾਂ ਕਾਂਗਰਸ ਜਿੱਤਣ ਜਾ ਰਹੀ ਹੈ। ਅਤੇ ਜੀ ਜੋ 2 ਸਾਲ ਪਹਿਲਾਂ 2.5 ਲੱਖ ਕਰੋੜ ਕਰਜ਼ਾ BJP ਅਕਾਲੀ ਦਲ ਸਾਡੇ 'ਤੇ ਛੱਡ ਕੇ ਗਿਆ ਸੀ, ਖਾਨਾ ਬਿਲਕੁਲ ਖਜ਼ਾਨੇ ਖਾਲੀ ਸੀ, ਉਸ ਨੂੰ ਸਹੀ ਕੀਤਾ ਗਿਆ। ਔਰ ਤੁਸੀਂ ਆਪਣੇ ਹਲਕੇ 'ਚ ਹੀ ਦੇਖ ਲਓ, 450 ਕਰੋੜ ਇਸ ਸਰਕਾਰ ਨੇ ਆਪਣੇ ਹਲਕੇ 'ਤੇ ਖਰਚਿਆ, ਸੜਕਾਂ ਤੋਂ ਲੈ ਕੇ ਗ੍ਰਿਡਾਂ ਤੱਕ, ਸਕੂਲਾਂ 'ਤੇ, ਔਰ ਵਿਕਾਸ ਦੇ ਮੁੱਦੇ 'ਤੇ ਵੋਟ ਮੰਗ ਰਹੇ ਸਾਰੇ ਪੰਜਾਬ ਦੇ ਵਿੱਚ। ਹਾਂ, ਗਾਂਧੀ ਦੀ ਫੋਟੋ 500 ਰੁਪਈਏ 'ਤੇ ਹੈਗੀ ਹੈ, ਉਹਦੇ ਬਗੈਰ ਸਰਦਾ ਨਹੀਂ ਕਿਸੇ ਦਾ। ਹੋਰ ਗਾਂਧੀ ਕੋਈ ਨਹੀਂ ਹੈ। ਕਿਹੜੇ ਗਾਂਧੀ? ਮੈਂ ਕਿਹਾ ਪ੍ਰੈਸ ਵਾਲੇ ਕਿਤੇ ਉਹ ਦੂਜੇ ਗਾਂਧੀ ਦੀ ਗੱਲ ਕਰਦੇ। ਨੋਟਾਂ 'ਤੇ ਲੱਗੀ ਵੀ ਹੈ, ਗਾਂਧੀ ਦਾ। ਤੁਸੀਂ ਆਪਣੇ ਹਲਕੇ ਦੇ ਵਿੱਚ, ਤੁਸੀਂ ਸਾਰੇ ਦੇਖੋ ਹਲਕੇ ਦੇ ਰਹਿਣ ਵਾਲੇ ਹੋ ਪ੍ਰੈਸ ਵਾਲੇ, ਤੁਸੀਂ ਮੈਨੂੰ ਇੱਕ ਸਪੋਰਟਰ ਦਾ ਨਾਂ ਲਓ, ਇੱਕ ਲੀਡਰ ਦਾ ਕੋਈ ਗਾਂਧੀ ਨਾਲ ਤੁਰਿਆ ਹੋਵੇ, ਦੱਸੋ। ਨਹੀਂ ਤੁਸੀਂ ਦੱਸੋ, ਅਕਾਲੀ ਦਲ ਦੇ ਬਹੁਤ ਜਥੇਦਾਰ ਕਿਹੜੇ ਕਾਂਗਰਸ ਪਾਰਟੀ ਸ਼ਾਮਲ ਹੋ ਰਹੇ? ਸਾਰੀ ਕਾਂਗਰਸ, ਜਿੰਨਾ ਆਮ ਆਦਮੀ ਪਾਰਟੀ ਸੀ ਪਿਛਲੀ ਵਾਰ ਉਹ ਕਾਂਗਰਸ 'ਚ ਸ਼ਾਮਲ ਹੋ ਗਈ। CPI ਦੇ ਲੀਡਰ ਕਾਂਗਰਸ 'ਚ ਆਏ ਨੇ, BSP ਦੇ ਲੀਡਰ ਕਾਂਗਰਸ 'ਚ ਆਏ ਨੇ, ਅਕਾਲੀ ਦਲ ਦੇ ਲੀਡਰ ਆ ਦੇਖੋ ਪਠਾਨ ਮਾਜਰਾ ਸਾਹਿਬ ਬੈਠੇ ਨੇ, ਇਹ ਇਲੈਕਸ਼ਨ ਲੜੇ ਸੀ ਇੱਥੇ, ਇਹਨਾਂ ਨੇ ਵੀ ਮਹਾਰਾਜ ਸਾਹਿਬ ਨੂੰ ਲੀਡਰ ਬਣਾਇਆ, ਮਹਾਰਾਣੀ ਸਾਹਿਬ ਨੂੰ ਆਪਦਾ ਲੀਡਰ ਬਣਾਇਆ, ਸਾਰੇ ਇੱਥੇ ਹੀ ਨੇ। ਗੁਰਮੁਖ ਔਜਾ, ਮਹਿਮਾ ਸਿੰਘ, ਸਾਰੇ ਇੱਥੇ ਨੇ, ਮੈਨੂੰ ਤਾਂ ਸਾਰੇ ਮਿਲੇ ਨੇ ਉਰੇ। ਤੁਹਾਨੂੰ ਸ਼ਾਇਦ ਉਹ ਦੂਜੀ ਅਜੇ ਐਨਕ ਲਾ ਲਓ ਤੇ ਤੁਹਾਨੂੰ ਮਹਿਮਾ ਸਿੰਘ